बीती रात जलंधर विच वर्ल्ड पंजाबी टेलीविजन रेडियो अकैडमी वल्लों पीटीए अवार्ड्स 2011 दा आयोजन कीता गया। इस विच जिथे वख-वख वर्गां विच चंगी कारगुजारी करन वालियां नूं सन्मानित कीता गया, उथे ही विदेश विच अपनी मां बोली अते विरसे दी सेवा करन दे लई बेस्ट प्रवासी पंजाबी चैनल दे अवार्ड नाल जस पंजाबी चैनल नूं सन्मानिया गया। ਜਦੋਂ ਦਿਲ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਹੌਸਲੇ ਬੁਲੰਦ ਹੋਣ ਤਾਂ ਕਿਹੜੀ ਮੰਜ਼ਿਲ ਹੈ ਜਿਸ ਨੂੰ ਕਿ ਤੁਸੀਂ ਸਰ ਨਹੀਂ ਕਰ ਸਕਦੇ ਕੁਝ ਅਜਿਹਾ ਹੀ ਸੋਚਿਆ ਗਿਆ ਸੀ 22 ਜਨਵਰੀ 2007 ਨੂੰ ਜਦੋਂ ਅਮਰੀਕਾ ਦੀ ਧਰਤੀ ਤੇ ਪਹਿਲਾ ਪੰਜਾਬੀ ਟੀਵੀ ਚੈਨਲ ਜਸ ਪੰਜਾਬੀ ਸ਼ੁਰੂ ਕੀਤਾ ਗਿਆ ਸੀ ਆਪਣੀ ਬੋਲੀ ਆਪਣਾ ਵਿਰਸਾ ਦੇ ਮਨੋਰਥ ਨੂੰ ਲੈ ਕੇ ਸ਼ੁਰੂ ਹੋਏ ਇਸ ਚੈਨਲ ਨੇ ਪਰਦੇਸ ਵਿੱਚ ਬੈਠੇ ਪੰਜਾਬੀਆਂ ਨੂੰ ਜਿੱਥੇ ਆਪਣੀ ਭਾਸ਼ਾ ਅਤੇ ਵਿਰਸੇ ਨਾਲ ਜੋੜਿਆ ਉੱਥੇ ਹੀ ਲਾਈਵ ਪ੍ਰੋਗਰਾਮਾਂ ਰਾਹੀਂ ਪੰਜਾਬ ਦੇ ਚਲੰਤ ਮੁੱਦਿਆਂ ਤੋਂ ਵੀ ਜਾਣੂ ਕਰਵਾਇਆ ਆਪਣੀ ਮਿਹਨਤ ਅਤੇ ਪ੍ਰਵਾਸੀ ਪੰਜਾਬੀਆਂ ਦੇ ਹੁੰਗਾਰੇ ਸਦਕਾ ਅੱਜ ਜਸ ਪੰਜਾਬੀ ਨੇ ਪੂਰੇ ਨਾਰਥ ਅਮਰੀਕਾ ਵਿੱਚ ਆਪਣੀ ਇੱਕ ਅਲੱਗ ਪਹਿਚਾਣ ਕਾਇਮ ਕੀਤੀ ਹੈ ਇਸੇ ਸਦਕਾ ਹੀ ਹੋਰਨਾਂ ਚੈਨਲਾਂ ਦੇ ਮੁਕਾਬਲੇ ਵਿਦੇਸ਼ ਵਿੱਚ ਆਪਣੀ ਮਾਂ ਬੋਲੀ ਅਤੇ ਵਿਰਸੇ ਦੀ ਸੇਵਾ ਕਰਨ ਦੇ ਲਈ ਬੈਸਟ ਪ੍ਰਵਾਸੀ ਪੰਜਾਬੀ ਚੈਨਲ ਦੇ ਅਵਾਰਡ ਨਾਲ ਜਸ ਪੰਜਾਬੀ ਨੂੰ ਸਨਮਾਨਿਆ ਗਿਆ ਪ੍ਰਵਾਸੀ ਪੰਜਾਬੀ ਮੀਡੀਆ ਟੈਲੀਵਿਜ਼ਨ ਜਸ ਟੀਵੀ ਜਸ ਪੰਜਾਬੀ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ 22 ਜਨਵਰੀ 2007 ਵਿੱਚ ਸ਼ੁਰੂ ਹੁੰਦਾ ਹੈ ਪੰਜਾਬੀਅਤ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਜਿਸ ਨੂੰ ਲੈ ਕੇ ਜਸ ਪੰਜਾਬੀ ਦੀ ਪੂਰੀ ਟੀਮ ਅਤੇ ਇਸ ਦੇ ਤਮਾਮ ਦਰਸ਼ਕ ਵਧਾਈ ਦੇ ਪਾਤਰ ਨੇ ਇਸ ਅਵਾਰਡ ਲਈ ਜਸ ਪੰਜਾਬੀ ਦੇ ਨੁਮਾਇੰਦਿਆਂ ਨੇ ਪੰਜਾਬੀ ਟੈਲੀਵਿਜ਼ਨ ਰੇਡੀਓ ਅਕੈਡਮੀ ਦਾ ਧੰਨਵਾਦ ਕੀਤਾ ਹੈ ਤੇ ਅੱਜ ਜਿਹੜਾ ਵਰਲਡ ਪੰਜਾਬੀ ਟੈਲੀਵਿਜ਼ਨ ਅਕੈਡਮੀ ਨੇ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਇਹਦੇ ਵਿੱਚ ਇਹਨਾਂ ਨੇ ਸਾਨੂੰ ਜਿਹੜਾ ਅਵਾਰਡ ਦਿੱਤਾ ਹੈ ਉਹ ਇਸ ਲਈ ਦਿੱਤਾ ਹੈ ਕਿ ਅਸੀਂ ਬਾਹਰ ਪੈਂਦੇ ਜਿਹੜੇ ਪੰਜਾਬੀ ਸਾਡੇ ਭਰਾ ਨੇ ਉਹਨਾਂ ਨੂੰ ਅਸੀਂ ਆਪਣੀ ਧਰਤੀ ਨਾਲ ਆਪਣੇ ਪੰਜਾਬ ਨਾਲ ਜੋੜੇ ਰੱਖਦੇ ਹਾਂ ਅਤੇ ਉਹਨਾਂ ਦੇ ਦਿਲਾਂ 'ਚ ਜਿਹੜਾ ਪੁਰਾਣਾ ਪੰਜਾਬ ਵੱਸਦਾ ਹੈ ਉਹ ਅੱਜ ਵੀ ਵਸਾਉਂਦੇ ਹਾਂ ਅਤੇ ਉਹਨਾਂ ਦੀ ਅਗਲੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਕਿਤੇ ਆਪਣੇ ਪੰਜਾਬ ਨੂੰ ਭੁੱਲ ਨਾ ਜਾਵੇ ਆਪਣੀ ਪੰਜਾਬੀਅਤ ਨੂੰ ਭੁੱਲ ਨਾ ਜਾਵੇ ਉਸ ਚੀਜ਼ ਨੂੰ ਹਰਦਮ ਉਹਨਾਂ ਦੇ ਦਿਲ ਦੇ ਵਿੱਚ ਹੀ ਵਸਾਉਂਦੇ ਹਾਂ ਅਸੀਂ ਇਸ ਅਕੈਡਮੀ ਦੇ ਬਹੁਤ ਧੰਨਵਾਦ ਹੈ ਉਹਨਾਂ ਨੇ ਸਾਨੂੰ ਇਹ ਮਾਨ ਦਿੱਤਾ ਹੈ ਇਸ ਸਨਮਾਨ ਸਮਾਰੋਹ ਦੌਰਾਨ ਖਾਸ ਤੌਰ ਤੇ ਇਸ ਗੱਲ ਦੀ ਸਰਾਹਨਾ ਕੀਤੀ ਗਈ ਕਿ ਜਸ ਪੰਜਾਬੀ ਜਿੱਥੇ ਗੀਤ ਸੰਗੀਤ ਦੇ ਪ੍ਰੋਗਰਾਮਾਂ ਰਾਹੀਂ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਦਾ ਏ ਉੱਥੇ ਹੀ ਚਲੰਤ ਮੁੱਦਿਆਂ ਤੋਂ ਵੀ ਜਾਣੂ ਕਰਵਾਉਂਦਾ ਏ ਜਸ ਚੈਨਲ ਹੈ ਔਰ ਜਿੱਥੇ ਇਹ ਉੱਥੇ ਗੀਤ ਸੰਗੀਤ ਪੇਸ਼ ਕਰਦਾ ਉੱਥੇ ਬਿਲਕੁਲ ਜਿਹੜੇ ਵੀ ਪੰਜਾਬ ਦੇ ਕਰੰਟ ਮੁੱਦੇ ਹੁੰਦੇ ਆ ਉਹਨਾਂ ਤੇ ਲਾਈਵ ਗੱਲਬਾਤ ਕਰਦਾ ਔਰ ਇਹਨਾਂ ਦੇ ਪ੍ਰੋਗਰਾਮ ਲਾਈਵ ਜਾਂਦੇ ਆ ਚਾਹੇ ਡਿਸਕਸ਼ਨ ਜਿੰਨੀਆਂ ਵੀ ਹੋਣ ਬਹੁਤ ਕਰੰਟ ਚੈਨਲ ਹੈ ਔਰ ਇੰਨੀ ਜ਼ਿਆਦਾ ਇਹਦੀ ਵਿਊਇੰਗ ਆ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਜਸ ਪੰਜਾਬੀ ਹਮੇਸ਼ਾ ਹੀ ਆਪਣੀ ਮਾਂ ਬੋਲੀ ਅਤੇ ਆਪਣੇ ਵਿਰਸੇ ਦੀ ਸੇਵਾ ਕਰਦਾ ਹੀ ਰਹੇਗਾ ਇਸ ਸਨਮਾਨ ਲਈ ਜਿੱਥੇ ਜਸ ਪੰਜਾਬੀ ਇਸ ਸੰਸਥਾ ਅਤੇ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦਾ ਏ ਉੱਥੇ ਹੀ ਅੱਗਿਓਂ ਵੀ ਇਸੇ ਤਰ੍ਹਾਂ ਤਨਦਿਲੀ ਨਾਲ ਕੰਮ ਕਰਦੇ ਰਹਿਣ ਦਾ ਪ੍ਰਣ ਵੀ ਕਰਦਾ ਏ ਆਪਣੀ ਬੋਲੀ ਆਪਣਾ ਵਿਰਸਾ ਜਲੰਧਰ ਤੋਂ ਚੇਤਨ ਸਰੋਆ ਦੇ ਨਾਲ ਬਿਊਰੋ ਰਿਪੋਰਟ ਜਸ ਪੰਜਾਬੀ ਹੁਣ ਵੇਲਾ ਹੋ ਚੱਲੇ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਤੁਸੀਂ ਵੇਖਦੇ ਰਹੋ ਜਸ ਪੰਜਾਬੀ